ਤਾਂ ਚਲੋ ਸ਼ੁਰੂ ਕਰਦੇ ਹਾਂ ਗਜਰੇਲਾ ਬਣਾਉਣਾ। ਗਜਰੇਲਾ ਬਣਾਉਣ ਦੇ ਲਈ ਅਸੀਂ 1 ਕਿਲੋ ਜਿਹੜੀ ਗਾਜਰ ਲਈ ਹੈ, ਗਾਜਰ ਨੂੰ ਅਸੀਂ ਚੰਗੀ ਤਰ੍ਹਾਂ ਛਿਲ ਕੇ ਅਤੇ ਧੋ ਲਿਆ ਵਾ, ਅਤੇ ਇਹਦਾ ਅਸੀਂ ਉੱਪਰਲਾ ਅਤੇ ਨੀਚੇ ਵਾਲਾ ਹੈੱਡ ਅਤੇ ਟੇਲ ਜਿਹੜਾ ਹਿੱਸਾ ਜਿਹੜਾ ਇਸਨੂੰ ਕੱਟ ਲਿਆ ਵਾ ਅਤੇ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਛਿਲ ਕੇ ਧੋ ਲਿਆ ਵਾ। ਅਤੇ ਅਸੀਂ ਜਿਹੜਾ ਅੱਜ ਗਜਰੇਲਾ ਬਣਾ ਜਾ ਰਹੇ ਹਾਂ, ਬਿਨਾਂ ਅਸੀਂ ਖੋਏ ਤੋਂ, ਬਿਨਾਂ ਮਾਵੇ ਤੋਂ ਅਸੀਂ ਜਿਹੜਾ ਗਜਰੇਲਾ ਬਣਾ ਕੇ ਤਿਆਰ ਕਰ ਰਹੇ ਹਾਂ। ਹੁਣ ਅਸੀਂ 1 ਗਰੇਟਰ ਲਵਾਂਗੇ ਅਤੇ ਸਾਰੀਆਂ ਗਾਜਰਾਂ ਨੂੰ ਅਸੀਂ ਫਿਰ ਅਸੀਂ ਕੱਦੂਕਸ ਕਰ ਲੈਣਾ। ਸਰਦੀਆਂ ਦੇ ਵਿੱਚ ਜਿਹੜੀਆਂ ਲਾਲ ਗਾਜਰ ਆਉਂਦੀ ਆ ਅਤੇ ਇਹਦੇ ਵਿੱਚ ਜਿਹੜਾ ਸਾਨੂੰ ਬਿਨਾਂ ਕਿਸੇ ਕਲਰ ਦੀ ਵੀ ਜ਼ਰੂਰਤ ਨਹੀਂ ਹੁੰਦੀ ਸਾਨੂੰ ਗਜਰੇਲੇ ਵਿੱਚ, ਜਿੰਨੀਆਂ ਰੈੱਡ ਗਾਜਰਾਂ ਲਾਲ ਹੋਣਗੀਆਂ ਉਨਾ ਹੀ ਵਧੀਆ ਸਾਡਾ ਗਜਰੇਲਾ ਬਣ ਕੇ ਤਿਆਰ ਹੋਏਗਾ। ਦੇਖੋ ਅਸੀਂ ਸਾਰੀਆਂ ਗਾਜਰਾਂ ਨੂੰ ਗਰੇਟ ਕਰ ਲਿਆ ਅਤੇ ਅਸੀਂ ਮੋਟੇ ਵਾਲੀ ਸਾਈਡ ਤੋਂ ਜਿਹੜਾ ਗਾਜਰਾਂ ਨੂੰ ਕੱਦੂਕਸ ਕੀਤਾ ਵਾ। ਹਲਵਾਈ ਵੀ ਜਿਹੜੇ ਆ ਮੋਟੀਆਂ ਮੋਟੇ ਹੀ ਗਾਜਰਾਂ ਨੂੰ ਕੱਦੂਕਸ ਕਰਦੇ ਆ, ਇਹਦੇ ਨਾਲ ਜਿਹੜਾ ਸਾਡਾ ਗਜਰੇਲਾ ਵਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ। ਅਤੇ ਹੁਣ ਅਸੀਂ 1 ਕਿਲੋ ਗਾਜਰ ਲਈ ਅਸੀਂ 1/2 ਲੀਟਰ ਜਿਹੜਾ ਦੁੱਧ ਲਿਆ ਵਾ, ਦੁੱਧ ਅਸੀਂ ਜਿਹੜਾ ਬਿਲਕੁਲ ਫੁੱਲ ਫੈਟ ਲਿਆ ਵਾ। ਅਤੇ ਦੁੱਧ ਨੂੰ ਅਸੀਂ ਹੁਣ ਚੰਗੀ ਤਰ੍ਹਾਂ ਉਬਾਲ ਲੈਣਾ। ਇਸਨੂੰ ਅਸੀਂ ਦੁੱਧ ਨੂੰ ਜਿਹੜਾ ਗਾੜਾ ਕਰਨਾ ਵਾ, ਅਸੀਂ ਇਸਨੂੰ ਅਸੀਂ ਜਿਹੜਾ ਵਾ ਗੈਸ ਦੀ ਲੋਅ ਫਲੇਮ ਦੇ ਉੱਪਰ ਜਿਹੜਾ ਦੁੱਧ ਨੂੰ ਉਬਲ ਰਿੱਝਣ ਦੇਣਾ ਵਾ ਤਾਂ ਕਿ ਦੁੱਧ ਜਿਹੜਾ ਸਾਡਾ ਗਾੜਾ ਹੋ ਜਾਵੇ। ਅਤੇ ਦੁੱਧ ਨੂੰ ਅਸੀਂ ਹੁਣ ਦੂਸਰੇ ਚੁੱਲ੍ਹੇ ਉੱਪਰ ਕਰ ਦਿੰਦੇ ਹਾਂ। ਜਦੋਂ ਤੱਕ ਸਾਡਾ ਦੁੱਧ ਬੋਇਲ ਹੋ ਰਿਹਾ ਵਾ ਅਤੇ ਹੁਣ ਅਸੀਂ ਕੜਾਹੀ ਲਈ, ਕੜਾਹੀ ਦੇ ਵਿੱਚ ਅਸੀਂ 2 ਤੋਂ 3 ਚਮਚ ਜਿਹੜਾ ਅਸੀਂ ਦੇਸੀ ਘਿਓ ਲਿਆ ਵਾ ਅਤੇ ਘਿਓ ਨੂੰ ਅਸੀਂ ਗਰਮ ਕਰ ਲਿਆ। ਅਤੇ ਹੁਣ ਅਸੀਂ ਇਹਦੇ ਵਿੱਚ ਬਦਾਮ, ਕਾਜੂ ਅਤੇ ਪਿਸਤਾ ਲਿਆ ਡਰਾਈ ਫਰੂਟ, ਉਹ ਅਸੀਂ ਥੋੜ੍ਹੀ ਦੇਰ 1-2 ਮਿੰਟ ਜਿਹੜਾ ਭੁੰਨ ਲਵਾਂਗੇ ਤਾਂ ਕਿ ਜਿਹੜਾ ਭੁੰਨ ਕੇ ਡਰਾਈ ਫਰੂਟ ਪਾਉਣ ਦੇ ਨਾਲ ਜਿਹੜਾ ਗਜਰੇਲੇ ਦਾ ਟੇਸਟ ਆ ਬਹੁਤ ਵਧੀਆ ਆਉਂਦਾ ਵਾ। ਤੁਸੀਂ ਵੀ ਹਮੇਸ਼ਾ ਭੁੰਨ ਕੇ ਹੀ ਜਿਹੜਾ ਡਰਾਈ ਫਰੂਟ ਆ ਗਜਰੇਲੇ ਵਿੱਚ ਪਾਉਣਾ। ਦੇਖੋ ਡਰਾਈ ਫਰੂਟ ਭੁੱਜ ਚੁੱਕਾ ਵਾ, ਅਸੀਂ ਇਸਨੂੰ ਅਸੀਂ ਇਸੇ ਘਿਓ ਦੇ ਵਿੱਚ ਜਿਹੜੇ ਗਾਜਰ ਲਈ ਸੀ ਕੱਦੂਕਸ ਕਰਕੇ ਘਿਓ ਪਾ ਦੇਵਾਂਗੇ। ਹਮੇਸ਼ਾ ਗਜਰੇਲਾ ਜਿਹੜਾ ਗਾਜਰ ਨੂੰ ਜਦੋਂ ਅਸੀਂ ਭੁੰਨਣਾ ਵਾ ਤਾਂ ਘਿਓ ਪਾ ਕੇ ਹੀ ਭੁੰਨਣਾ। ਕਈ ਵਾਰ ਦੇਖਿਆ ਕਿ ਕਈ ਇਸ ਤਰ੍ਹਾਂ ਹੀ ਗਾਜਰ ਨੂੰ ਭੁੰਨਦੇ ਆ ਕੜਾਹੀ 'ਚ ਪਾ ਕੇ, ਪਰ ਉਹਦੇ ਨਾਲ ਜਿਹੜਾ ਗਾਜਰ ਦਾ ਗਜਰੇਲੇ ਦਾ ਟੇਸਟ ਆ ਉਹ ਵਧੀਆ ਨਹੀਂ ਹੁੰਦਾ। ਇਸ ਲਈ ਹਮੇਸ਼ਾ ਘਿਓ ਦੇ ਵਿੱਚ ਭੁੰਨ ਕੇ ਹੀ ਗਾਜਰ ਨੂੰ ਜਿਹੜਾ ਤੁਸੀਂ ਗਜਰੇਲਾ ਬਣਾਉਣਾ, ਬਹੁਤ ਹੀ ਟੇਸਟੀ ਤੁਹਾਡਾ ਗਜਰੇਲਾ ਬਣ ਕੇ ਤਿਆਰ ਹੋਏਗਾ। ਇਸੇ ਤਰ੍ਹਾਂ ਹੀ ਲਗਾਤਾਰ ਜਿਹੜਾ ਗਾਜਰ ਨੂੰ ਹਿਲਾਉਂਦੇ ਹੋਏ ਪਕਾਉਣਾ ਵਾ। ਅਤੇ ਗੈਸ ਦੀ ਮੀਡੀਅਮ ਫਲੇਮ ਦੇ ਉੱਪਰ ਅਸੀਂ ਇਹਨਾਂ ਨੂੰ ਜਿਹੜਾ ਗਾਜਰ ਨੂੰ ਭੁੰਨਾਂਗੇ। ਇੱਕ ਤਾਂ ਘਿਓ ਪਾਉਣ ਦੇ ਨਾਲ ਜਿਹੜਾ ਗਜਰੇਲੇ ਵਿੱਚ ਸ਼ਾਈਨ ਆਉਂਦੀ ਆ ਕਾਫੀ, ਅਤੇ ਉਹ ਦੂਸਰਾ ਇਹਦਾ ਟੇਸਟ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਗਜਰੇਲਾ ਸਾਡਾ ਘਿਓ ਦੇ ਵਿੱਚ ਭੁੰਨਣ ਨਾਲ। ਹੁਣ ਅਸੀਂ ਇਸ ਨੂੰ 3 ਤੋਂ 4 ਮਿੰਟ ਜਿਹੜਾ ਵਾ ਢੱਕ ਕੇ ਪਕਾ ਲਵਾਂਗੇ ਗਾਜਰਾਂ ਨੂੰ ਤਾਂ ਕਿ ਜਿਹੜੀਆਂ ਸਾਡੀਆਂ ਗਾਜਰਾਂ ਥੋੜ੍ਹੀਆਂ ਸੌਫਟ ਹੋ ਜਾਣ। ਉਦੋਂ ਦੇਖੋ ਸਾਡਾ ਦੁੱਧ ਵੀ ਜਿਹੜਾ ਵਾ ਉਹ ਲਗਾਤਾਰ ਜਿਹੜਾ ਅਸੀਂ ਗੈਸ ਉੱਪਰ ਰੱਖਿਆ ਹੋਇਆ ਵਾ ਦੁੱਧ ਵੀ ਗਾੜਾ ਹੋ ਰਿਹਾ ਵਾ। ਅਸੀਂ ਇਸੇ ਤਰ੍ਹਾਂ ਲਗਾਤਾਰ ਦੁੱਧ ਨੂੰ ਪਕਾਉਂਦੇ ਰਹਿਣਾ ਤਾਂ ਕਿ ਦੁੱਧ ਸਾਡਾ ਜਿਹੜਾ ਗਾੜਾ ਹੋ ਜਾਵੇ। ਸਾਡਾ ਦੁੱਧ ਲਗਾਤਾਰ ਬੋਇਲ ਹੋ ਰਿਹਾ ਸੀ, ਦੁੱਧ ਕਾਫੀ ਗਾੜਾ ਹੋ ਚੁੱਕਾ ਵਾ। ਅਤੇ ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਦਾਣੇਦਾਰ ਬਣਾਉਣ ਦੇ ਲਈ ਗਜਰੇਲਾ 2 ਬੂੰਦਾਂ ਜਿਹੜੀਆਂ ਅਸੀਂ ਨਿੰਬੂ ਦੇ ਰਸ ਦੀਆਂ ਪਾ ਦਾਂਗੇ। ਇਹਦੇ ਨਾਲ ਜਿਹੜਾ ਸਾਡਾ ਗਜਰੇਲਾ 'ਚ ਖੱਟੇਪਣ ਦਾ ਟੇਸਟ ਨਹੀਂ ਆਏਗਾ, ਸਿਰਫ ਜਿਹੜੇ ਹਲਕੇ ਹਲਕੇ ਦੁੱਧ ਵਿੱਚ ਜਿਹੜੇ ਦੁੱਧ ਜਿਹੜਾ ਦਾਣੇਦਾਰ ਹੋ ਜਾਏਗਾ। ਦੇਖੋ ਦੁੱਧ ਸਾਡਾ ਬਿਲਕੁਲ ਦਾਣੇਦਾਰ ਹੋ ਚੁੱਕਾ ਵਾ ਅਤੇ ਸਾਨੂੰ ਇਸ ਤਰ੍ਹਾਂ ਦੀ ਕੰਸਿਸਟੈਂਸੀ ਜਿਹੜੀ ਦੁੱਧ ਦੀ ਚਾਹੀਦੀ ਸੀ।
ਦੇਖੋ ਸਾਡੀ ਗਾਜਰਾਂ ਬਿਲਕੁਲ ਡਰਾਈ ਹੋ ਚੁੱਕੀਆਂ ਨੇ, ਬਿਲਕੁਲ ਪਾਣੀ ਸੁੱਕ ਚੁੱਕਾ ਇਹਨਾਂ ਵਿੱਚੋਂ ਅਤੇ ਸੌਫਟ ਵੀ ਹੋ ਚੁੱਕੀਆਂ ਜਿਸ ਤਰ੍ਹਾਂ ਦੀ ਸਾਨੂੰ ਚਾਹੀਦੀਆਂ ਸੀ। ਹੁਣ ਅਸੀਂ ਜਿਹੜਾ ਦੁੱਧ ਬੋਇਲ ਕੀਤਾ ਵਾ ਉਹ ਅਸੀਂ ਇਹਦੇ ਵਿੱਚ ਪਾ ਦੇਵਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਦੁੱਧ ਵਿੱਚ ਜਿਹੜਾ ਗਜਰੇਲੇ ਵਿੱਚ ਬਿਲਕੁਲ ਵੀ ਖੱਟਾਪਨ ਦਾ ਟੇਸਟ ਨਹੀਂ ਆਏਗਾ ਅਤੇ ਸਾਡਾ ਗਜਰੇਲਾ ਜਿਹੜਾ ਬਿਲਕੁਲ ਦਾਣੇਦਾਰ ਬਣ ਕੇ ਤਿਆਰ ਹੋਏਗਾ। ਅਸੀਂ ਹੁਣ ਦੁੱਧ ਦੇ ਵਿੱਚ ਗਾਜਰਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ। ਦੇਖੋ ਦੁੱਧ ਵੀ ਬਿਲਕੁਲ ਸੁੱਕ ਚੁੱਕਾ ਵਾ ਗਜਰੇਲੇ ਵਿੱਚੋਂ, ਅਤੇ ਹੁਣ ਅਸੀਂ ਇਹਦੇ ਵਿੱਚ ਚੀਨੀ ਐਡ ਕਰਾਂਗੇ। ਮੈਂ 1 ਕਿਲੋ ਗਾਜਰ ਦੇ ਵਿੱਚ 250 ਗ੍ਰਾਮ ਜਿਹੜਾ ਵਾ 250 ਗ੍ਰਾਮ ਜਿਹੜੀ ਚੀਨੀ ਐਡ ਕਰ ਰਹੀ ਹਾਂ। ਜੇਕਰ ਤੁਸੀਂ ਇੰਨੇ ਗਾਜਰ ਦੇ ਵਿੱਚ ਜਿਹੜਾ ਇੰਨੀ ਜਿਹੜੀ 250 ਗ੍ਰਾਮ ਚੀਨੀ ਆ ਬਿਲਕੁਲ ਪਰਫੈਕਟ ਹੁੰਦੀ ਹੈ ਮਿੱਠਾ। ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਤਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਤੁਸੀਂ ਚੀਨੀ 'ਚ ਐਡ ਕਰ ਸਕਦੇ ਜੀ। ਹੁਣ ਅਸੀਂ ਇਸ ਟੇਸਟ ਦੇ ਉੱਪਰ ਜਿਹੜਾ ਇਹਦੇ 'ਚ 1 ਚਮਚ ਜਿਹੜਾ ਅਸੀਂ ਦੇਸੀ ਘਿਓ 'ਚ ਐਡ ਕਰ ਰਹੇ ਹਾਂ। ਘਿਓ ਪਾਉਣ ਦੇ ਨਾਲ ਇਹ ਹੈ ਕਿ ਗਜਰੇਲੇ ਵਿੱਚ ਸ਼ਾਈਨ ਆਏਗੀ ਅਤੇ ਦੂਸਰਾ ਜਿਹੜਾ ਸਾਡਾ ਜਿਹੜਾ ਗਜਰੇਲਾ ਵਾ ਕੜਾਹੀ ਦੇ ਨਾਲ ਨਹੀਂ ਚਿਪਕੇਗਾ। ਅਤੇ ਅਸੀਂ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਗਜਰੇਲੇ ਦੇ ਵਿੱਚ। ਨਾਲ ਹੀ ਇੱਥੇ ਮੈਂ ਇਲਾਇਚੀ ਲਈ ਹੈ, ਇਲਾਇਚੀ ਨੂੰ ਮੈਂ ਕੁੱਟ ਕੇ ਲੈ ਲਿਆ ਵਾ। ਜੇਕਰ ਤੁਹਾਡੇ ਕੋਲ ਇਲਾਇਚੀ ਦਾ ਪਾਊਡਰ ਹੈ ਤਾਂ ਤੁਸੀਂ ਇਲਾਇਚੀ ਪਾਊਡਰ ਹਾਫ ਚ ਤੁਸੀਂ ਲੈ ਸਕਦੇ ਇਹਦੇ ਵਿੱਚ। ਗਜਰੇਲਾ ਸਾਡਾ ਬਣ ਕੇ ਬਿਲਕੁਲ ਤਿਆਰ ਆ। ਚੀਨੀ ਦਾ ਪਾਣੀ ਵੀ ਜਿਹੜਾ ਬਿਲਕੁਲ ਸੁੱਕ ਚੁੱਕਾ ਵਾ। ਅਤੇ ਹੁਣ ਅਸੀਂ ਬਿਨਾਂ ਖੋਏ ਤੋਂ ਅਸੀਂ ਜਿਹੜਾ ਗਜਰੇਲਾ ਬਣਾ ਕੇ ਤਿਆਰ ਕਰ ਰਹੇ ਹਾਂ। ਅਤੇ ਹੁਣ ਅਸੀਂ ਇਹ 'ਚ ਖੋਏ ਦਾ ਟੇਸਟ ਲਿਆਉਣ ਦੇ ਲਈ ਅਸੀਂ ਇਹਦੇ 'ਚ ਸੁੱਕਾ ਦੁੱਧ ਜਿਹੜਾ ਅਸੀਂ ਪਾ ਰਹੇ ਹਾਂ। ਬਿਲਕੁਲ ਹਲਵਾਈ ਵੀ ਇਸੇ ਤਰ੍ਹਾਂ ਬਣਾ ਕੇ ਤਿਆਰ ਕਰਦੇ ਨੇ। ਅਸੀਂ ਨਾਲ ਨਾਲ ਹੀ ਮਿਕਸ ਕਰ ਦੇਣਾ ਵਾ ਤਾਂ ਕਿ ਦੁੱਧ ਦੀਆਂ ਵਿੱਚ ਕੋਈ ਵੀ ਗੁਠਲੀਆਂ ਵਗੈਰਾ ਨਾ ਭੱਜਣ। ਅਤੇ ਸਾਡਾ ਗਜਰੇਲਾ ਬਣ ਕੇ ਬਿਲਕੁਲ ਤਿਆਰ ਆ, ਦਾਣੇਦਾਰ ਬਿਨਾਂ ਖੋਏ ਤੋਂ ਬਿਨਾਂ ਚਾਸ਼ਨੀ ਤੋਂ ਦਾਣੇਦਾਰ ਸਾਡਾ ਗਜਰੇਲਾ ਬਣ ਕੇ ਬਿਲਕੁਲ ਹਲਵਾਈ ਸਟਾਈਲ 'ਚ ਬਿਲਕੁਲ ਤਿਆਰ ਆ। ਹੁਣ ਅਸੀਂ ਇਸ ਟੇਸਟ ਵਿੱਚ ਜਿਹੜਾ ਡਰਾਈ ਫਰੂਟ ਫਰਾਈ ਕਰਕੇ ਰੱਖਿਆ ਸੀ ਅਸੀਂ ਉਹ ਇਹਦੇ ਵਿੱਚ ਪਾ ਦੇਵਾਂਗੇ। ਤੁਸੀਂ ਇੱਥੇ ਆਪਣੀ ਮਰਜ਼ੀ ਨਾਲ ਕੋਈ ਵੀ ਡਰਾਈ ਫਰੂਟ ਜਿਹੜਾ ਤੁਸੀਂ ਐਡ ਕਰ ਸਕਦੇ ਜੀ। ਦੇਖੋ ਟੈਕਸਚਰ ਕਿੰਨਾ ਵਧੀਆ ਆ, ਕਲਰ ਵੀ ਬਹੁਤ ਵਧੀਆ ਗਜਰੇਲੇ ਦਾ ਬਣ ਕੇ ਤਿਆਰ ਹੋਇਆ ਵਾ। ਹੁਣ ਅਸੀਂ ਇਸਨੂੰ ਗਾਰਲਿਸ਼ ਕਰਨ ਲਈ ਥੋੜ੍ਹਾ ਜਿਹਾ ਉੱਪਰ ਬਦਾਮ ਦੀਆਂ ਗਿਰੀਆਂ ਵਿੱਚ ਤੁਸੀਂ ਇਸ ਤਰ੍ਹਾਂ ਗਰਮਾ ਗਰਮ ਗਜਰੇਲਾ ਖਾ ਕੇ ਤੁਸੀਂ ਸਰਦੀਆਂ ਇੰਜੋਏ ਕਰ ਸਕਦੇ ਜੀ। ਤੁਸੀਂ ਇਸ ਰੈਸਪੀ ਨੂੰ ਟਰਾਈ ਕਰਨਾ ਅਤੇ ਕਮੈਂਟ ਬਹੁਤ ਦੱਸਣਾ ਤੁਹਾਨੂੰ ਇਹਦੀ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਜੇਕਰ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਚੈਨਲ 'ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਅਤੇ ਨਾਲ ਲੱਗਦੀ ਬੈਲ ਲਾਈਕ ਜ਼ਰੂਰ ਪ੍ਰੈਸ ਕਰਨਾ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਜੀ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।